ਹੋਏ ਜੋ ਤੇ ਫਿਰ ਹੱਸਦੇ ਨਹੀਂ ਐਵੇਂ ਦੰਦ ਕੱਢ ਕੇ ਬੈਠੇ ਹੋ ਦੰਦ ਕੱਢਣ ਨਾਲ ਆਉਂ ਹੱਸੋ ਇੱਕ ਹੋਰ ਸ਼ੁਰੂ ਕਰਤਾ ਜੇ ਤਾਂ ਗ੍ਰੇਟ ਪੰਜਾਬੀ ਕਾਮੇਡੀ ਸ਼ੋ ਸੋ ਦੋਸਤੋ ਇੱਕ ਵਾਰੀ ਫਿਰ ਅੰਮ੍ਰਿਤਸਰ ਤੋਂ ਚੰਦਨ ਪ੍ਰਭਾਕਰ ਲੈ ਗਿਆ ਇੱਕ ਛੋਟੀ ਜਿਹੀ ਹਾਸਿਆਂ ਦੀ ਪਟਾਰੀ ਜੇ ਚੰਗੀ ਲੱਗੇ ਤਾਂ ਤਾਲੀ ਮਾਰ ਦਿਓ ਨਾ ਚੰਗੀ ਲੱਗੇ ਤਾਂ ਤਾਂ ਵੀ ਤਾਲੀ ਮਾਰ ਦਿਓ ਹਾਂਜੀ ਦੋਸਤੋ ਅੱਜ ਫਿਰ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਸੁਣਾਵਾਂਗਾ ਆਪਣੇ ਛੋਟੇ ਕਰੈਕਟਰ ਟੀਟੇ ਦੀਆਂ ਹਾਂਜੀ ਇਹ ਟੀਟਾ ਉਹੀ ਕਰੈਕਟਰ ਹੈ ਲੋਅ ਲੋਕੈਲਿਟੀ ਦਾ ਲੰਗਰ ਵਿਹਲੇ ਰਹਿਣਾ ਰੋਟੀ ਦਾਲ ਫੁਲਕਾ ਚੌਲ ਕਦੀ ਵੇਖਿਆ ਨਹੀਂ ਨਾ ਦੁਨੀਆਂ 'ਚ ਕੁਛ ਹੁਣ ਬੰਦਾ ਇੱਕ ਜਲੇਬੀਆਂ ਕੱਢਣ ਡਿਆ 5 ਮਿੰਟ ਜਲੇਬੀਆਂ ਕੱਢਣ ਡਿਆ ਉਹਦੇ ਵੱਲ ਵੇਖੀ ਜਾਵੇ ਹਾਰ ਕੇ ਉਹਨੂੰ ਪੁੱਛਦਾ ਅੰਕਲ ਜੀ ਮਿੱਠੀਆਂ ਨੇ ਉਹਨੇ ਵੱਟ ਕੇ ਚਪੇੜ ਮਾਰੀ ਕਹਿੰਦਾ ਨਹੀਂ ਲੂਣ ਵਾਲੀਆਂ ਨੇ ਇੱਦਾਂ ਦੀਆਂ ਗੱਲਾਂ ਕਰਦਾ ਹੁਣ ਇਹ ਕਰੈਕਟਰ ਐਸਾ ਹੈ ਇਹਨੂੰ ਜਦੋਂ ਮਰਜ਼ੀ ਪੁੱਛ ਲਓ ਕੀ ਕਰਨਾ ਭਾ ਮੈਂ ਵਿਹਲਾ ਭਾਅ ਜੀ ਭਰਾ ਹੀ ਕਰਦਾ ਜੀ ਉਹ ਵੀ ਵਿਹਲਾ ਭਾਅ ਜੀ ਡੈਡੀ ਉਹ ਹੁਣੇ ਵਿਹਲੇ ਹੋਇਆ ਜੀ ਪਹਿਲਾਂ ਕਰਦਾ ਜੀ ਪਹਿਲਾਂ ਵਿਹਲੇ ਭਾਅ ਜੀ ਪਹਿਲਾਂ ਕੋਈ ਹੋਰ ਕੰਮ ਹੋਵੇ ਨਾ ਹੋਵੇ ਸਾਰਾ ਕੰਮ ਆ ਕੇ ਰੋਟੀ ਦਾ ਮੁੱਕਦਾ ਜਦੋਂ ਮਰਜ਼ੀ ਪੁੱਛ ਲਓ ਕਿੱਥੋਂ ਆਇਆ ਮੈਂ ਰੋਟੀ ਖਾ ਕੇ ਭਾਅ ਜੀ ਚੱਲਿਆ ਕਿਤੇ ਰੋਟੀ ਖਾਣ ਭਾਅ ਜੀ ਬਾਅਦ 'ਚੋਂ ਕਰਾਂਗੇ ਰੋਟੀ ਖਾਵਾਂਗੇ ਭਾਅ ਜੀ ਉਹਦੇ ਬਾਅਦ ਵੀ ਸੌਂ ਜਾਵਾਂਗੇ ਸਾਰਾ ਦਿਨ ਰੋਟੀ ਖਾਈ ਜਾਣੀ ਆ ਦੋਸਤੋ ਲੰਗਰ ਇਹਦੀ ਜਿੰਦ ਜਾਣ ਆ ਜਿੱਥੇ ਲੰਗਰ ਲੱਗਾ ਹੋਏ ਇਹਨੇ ਲੈਣ 'ਚ ਲੱਗਣਾ ਲੰਗਰ ਖਾਣਾ ਹੀ ਖਾਣਾ ਅਤੇ ਮੈਕਸੀਮਮ ਇਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਲੰਗਰ ਮੈਕਸੀਮਮ ਖਾਵਾਂ ਅਤੇ ਮੈਕਸੀਮਮ ਲਿਫਾਫੇ ਪਾ ਕੇ ਆਪਣੇ ਘਰ ਨੂੰ ਲੈ ਕੇ ਆਵਾਂ ਦੋਸਤੋ ਥੋੜ੍ਹੀ ਦੇਰ ਲਈ ਇਮੈਜਿਨ ਕਰੋ ਮੰਨੋ ਕਿ ਜੇ ਇਸੇ ਕਿਸੇ ਮਾਂ ਨੂੰ ਆਪਣੇ ਪੁੱਤ ਦਾ ਹੱਥੀ ਕਤਲ ਕਰਨ ਲਈ ਕਹਿ ਦਿੱਤਾ ਜਾਵੇ ਉਸ ਮਾਂ ਦੀ ਕੰਡੀਸ਼ਨ ਕੀ ਹੋਏਗੀ ਸੇਮ ਇਹੀ ਕੰਡੀਸ਼ਨ ਟੀਟੇ ਦੀ ਉਦੋਂ ਹੋਈ ਜਦੋਂ ਇਹਨਾਂ ਦੇ ਪਿੰਡ 'ਚ ਲੰਗਰ ਲਗਾ ਅਤੇ ਲੰਗਰ ਵਰਤਾਉਣ 'ਤੇ ਡਿਊਟੀ ਕਿਹਦੀ ਲਾਤੀ ਟੀਟੇ ਦੀ ਹੁਣ ਟੀਟੇ ਦੀ ਲੰਗਰ ਵਰਤਾਉਣ 'ਤੇ ਡਿਊਟੀ ਲਾਤੀ ਲੰਗਰ ਖਾ ਕੇ ਜਵਾਨ ਹੋਣ ਵਾਲਾ ਬੰਦਾ ਕਿੱਦਾਂ ਵਰਤਾਵੇ ਲੰਗਰ ਹੁਣ ਉੱਥੋਂ ਬਾਲੀਵੁੱਡ ਦੇ ਸਟਾਰ ਵੀ ਸੱਦ ਲਏ ਆ ਲੰਗਰ ਵਰਤਾਉਣ 'ਤੇ ਲੰਗਰ ਖਾਣ 'ਤੇ ਹੁਣ ਸਭ ਤੋਂ ਪਹਿਲਾਂ ਟੀਟੇ ਨੇ ਹਿਸਾਬ ਲਾ ਆਖਦਾ ਹੈਲੋ ਯਾਰ ਲੰਗਰ ਹਿਸਾਬ ਜੇ ਨਾ ਪਹਿਲਾਂ ਖਾ ਹੀ ਲਈਏ ਬਾਅਦ 'ਚੋਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਜਿਹੜਾ ਬਜੂਗਾ ਘਰ ਲੈ ਜਾਵਾਂਗੇ ਹੁਣ ਲੰਗਰ ਬਹਿ ਗਿਆ ਖਾਣ ਬਹਿ ਗਿਆ ਪਰੇਸ਼ਾਵ ਜੀ ਲੰਗਰ ਵਰਤਾਉਣ ਡਿਆ ਟੀਟੇ ਦੇਖ ਮੈਂ ਤੇਰੇ ਕੋਲ ਲੰਗਰ ਦੇ ਹੀ ਨਹੀਂ ਸਕਦਾ ਹੁਣ ਦੇਖ ਮੇਰੇ ਕੋਲ ਤੇਰੀ ਕਸਮ ਹੈ ਸੱਚੀ ਨਹੀਂ ਤੇਰੇ ਕੋਲ ਦੇ ਸਕਦਾ ਹੁਣ ਲੰਗਰ ਕਿਉਂ ਹੋਇਆ ਕੀ ਆ ਦੇਖ ਮੇਰੇ ਪਾਸ ਨਗ ਤੋਂ ਕੋਈ ਪਲੇਟ ਹੈ ਔਰ ਨਾ ਹੀ ਕੋਈ ਕੌਲੀ ਹੈ ਤੇ ਗੰਜਾ ਜਾਂ ਇੱਧਰ ਉੱਧਰ ਕੀ ਵੇਚਦਾ ਸਿਰ ਆਪਣਾ ਕੰਧ 'ਚ ਮਾਰ 5-7 ਕੌਲੀਆਂ ਤੇ ਤੇਰੀ ਟਿੰਡ 'ਚ ਨਿਕਲ ਆਉਣੀਆਂ ਇੰਨੀ ਗੱਲ ਹੋਈ ਆ ਲੰਗਰ ਖਾਧਾ ਅਤੇ ਲੰਗਰ ਵਰਤਾਉਣਾ ਸ਼ੁਰੂ ਕਰਤਾ ਹੁਣ ਸਾਡਾ ਟੀਟਾ ਰੋਸ਼ਨ ਪ੍ਰਿੰਸ ਜੀ ਦਾ ਬੜਾ ਫੈਨ ਹੈ ਸਾਡੇ ਰੋਸ਼ਨ ਪ੍ਰਿੰਸ ਜੀ ਆਵਾਜ਼ ਪੰਜਾਬ ਦੀ ਹੁਣ ਉਹਨਾਂ ਦਾ ਗਾਣਾ ਬੜਾ ਚੱਲਿਆ ਸੀ ਚੰਨ ਤੋਂ ਚੰਨ ਨਹੀਂ ਮੁੱਕ ਜਾਵੇ ਉਹ ਆਪਣੇ ਸਟਾਈਲ 'ਚ ਗਾ ਰਿਹਾ ਨਾਲ ਨਾਲ ਲੰਗਰ ਵਰਤਾ ਰਿਹਾ ਆਪਣੇ ਸਟਾਈਲ 'ਚ ਗਾ ਰਿਹਾ ਨਾਲ ਬਾਲਟੀ ਫੜੀਆ ਗੱਲ ਫੁਲਕੇ ਦੀ ਨਹੀਂ ਚੋਲਾਂ ਤੱਕ ਹਜਾ ਪਹੁੰਚੀ ਮਿੱਠੇ ਚੌਲ ਬਦਾਨਾ ਚਾਹ ਤੋਂ ਉੱਤੇ ਨਾ ਸੋਚੀ ਜੇ ਦੁਨੀਆ ਤੋਂ ਲੰਗਰ ਮੁੱਕ ਜਾਵੇ ਭਾ ਲੰਗਰ ਥੋੜ੍ਹਾ ਥੋੜ੍ਹਾ ਵਰਤਾਈ ਘੁੱਗੀ ਭਾਈ ਵੀ ਨਾਲ ਹੀ ਆ ਹਲੋ ਥੋੜ੍ਹਾ ਥੋੜ੍ਹਾ ਵਰਤਾਈ ਜੇ ਦੁਨੀਆ ਤੋਂ ਲੰਗਰ ਮੁੱਕ ਜਾਵੇ ਟੋਕਰੀ 'ਚ ਵਿਆਹ ਪਿਆ ਫੁਲਕਾ ਸੁੱਕ ਜਾਵੇ ਪਤੀਲੇ 'ਚੋਂ ਵੀ ਦਾਲ ਮੁੱਕਦੀ ਮੁੱਕ ਜਾਵੇ ਤੇ ਹੋ ਸਕਦਾ ਮੈਂ ਰੁੱਲ ਜਾਵਾਂ ਇੰਨੀ ਗੱਲ ਹੋਈ ਆ ਉਹ ਲੰਗਰ ਵਜਾਉਣ ਡਿਆ ਦੂਜੇ ਬੰਨੇ ਵੇਖਿਆ ਨਾਣਾ ਪੜ੍ਹ ਰਹੀ ਲੰਗਰ ਵਰਤਾਉਣ ਡਿਆ ਹੁਣ ਆਪਣੇ ਸਟਾਈਲ 'ਚ ਨਾਣਾ ਪੜ੍ਹ ਕੇ ਤੇਜ਼ ਤੇਜ਼ ਬੋਲਦੇ ਉਹ ਸਟਾਈਲ 'ਚ ਲੰਗਰ ਵਰਤਾਉਣ ਡਿਆ ਯੇ ਲੇ ਯੇ ਤੇਰੀ ਦਾਲ ਯੇ ਤੇਰਾ ਫੁਲਕਾ ਅਰੇ ਯੇ ਬੋਲ ਕਿਤਨੀ ਦਾਲ ਚਾਹੀਏ ਤਾਂ ਧਿਆਨ ਪੈ ਗਿਆ ਹਲੋ ਖੋਲੋ ਬਾਲਟੀ ਓਏ ਆ ਕੀ ਕਰੀ ਜਾਣ ਡਿਆ ਜੇ ਅਰੇ ਚੁੱਪ ਕਰ ਜਾ ਆਜ ਮੁਝੇ ਲੰਗਰ ਬਾਟਨੇ ਦੇ ਤੇ ਮਾਮਾ ਲੰਗਰ ਵੰਡ ਤੂੰ ਮਾ ਕੀ ਕਰੀ ਜਾਣ ਡਿਆ ਵਾ ਅਰੇ ਚੁੱਪ ਕਰ ਜਾ ਜ਼ਿਆਦਾ ਜ਼ਿਆਦਾ ਲੰਗਰ ਬਾਟਨੇ ਸੇ ਪਿਆਰ ਬੜਤਾ ਹੈ ਮਾਮਾ ਪਿਆਰ ਤੇ ਚੱਲ ਜਿਹੜਾ ਵਧੀ ਜਾਂਦਾ ਠੀਕ ਆ ਜਿਹੜੀ ਤੇਰੀ ਭਾਪਿਆ ਦੀ ਦਾਲ ਘਟੀ ਜਾਂਦੀ ਉਹਦਾ ਕੌਣ ਜਿਵੇਂ ਆ ਰਿਹਾ ਗੱਲ ਹੋਈ ਆ ਉਹਦੇ ਕੋਲ ਬਾਲਟੀਆਂ ਨੇ ਖੋਈ ਆ ਦੂਜੇ ਬੰਨੇ ਵੇਖਿਆ ਸੰਜੀਵ ਕੁਮਾਰ ਜੀ ਲੰਗਰ ਲੈਣ ਆ ਗਏ ਆ ਦੇਖੋ ਟੀਟੇ ਥੋੜਾ ਸਾ ਲੰਗਰ ਮੁਝੇ ਵੀ ਦੋ ਹੈਲੋ ਦੋ ਹੱਥ ਖਾਰ ਹੱਥ ਤੋਂ ਮੇਰੇ ਹੈ ਨਹੀਂ ਤੇ ਜਾ ਭਾਜਾ ਫਿਰ ਲੰਗਰ ਵੀ ਹੈ ਨਹੀਂ ਟੀਟੇ ਕੀ ਕਰੀ ਜਾਣ ਡੇ ਤੁਸੀਂ ਉਹਨਾਂ ਨਾਲ ਮਖੌਲ ਕਰੀ ਜਾਣ ਡੇ ਜੋ ਰਹਿਣ ਦੇ ਘੁੱਗੀ ਭਾ ਤੈਨੂੰ ਇਹਦੀ ਕਰਤੂਤਾਂ ਦਾ ਨਹੀਂ ਪਤਾ ਛੋਲੇ ਫਿਲਮ 'ਚ ਇਹਨੇ ਚੰਗੀ ਕਰਤੂਤ ਕੀਤੀ ਆ ਦੱਸ ਬੰਦਾ ਪੁੱਛੇ ਚੰਗੀ ਭਲੀ ਤੇਰੀ ਫੈਮਿਲੀ ਆ ਮਹਾਰਾਜ ਤੈਨੂੰ ਸਰਕਾਰੀ ਨੌਕਰੀ ਦਿੱਤੀ ਆ ਤੂੰ ਆਪਣਾ ਨੌਕਰੀ ਕਰ ਬਾਅਦ 'ਚ ਰਿਟਾਇਰ ਹੋ ਪੈਨਸ਼ਨ ਗਾ ਤੂੰ ਕਿਹੜੇ ਕੰਮਾਂ 'ਚ ਪਿਆ ਗੱਬਰ ਨੇ ਬਾਹਾਂ ਲਾ ਕੇ ਬੰਨੇ ਮਾਰਿਆ ਹੁਣ ਵੇ ਮੋਢੇ 'ਤੇ ਕਿੱਦਾਂ ਚਾਦਰ ਟੰਗ ਕੇ ਮੇਲਿਆਂ 'ਚ ਘੁੰਮੀ ਫਿਰਦਾ ਜੀ ਗੱਲ ਹੋਈ ਆ ਉਹ ਸਾਈਡ 'ਤੇ ਹੋ ਗਿਆ ਹੁਣ ਦੂਸਰੇ ਬੰਨੇ ਸਾਡੇ ਆ ਗਏ ਆ ਖਰੈਦੀ ਲਾਲ ਸਾਡੇ ਖਰੈਦੀ ਲਾਲ ਜੀ ਉਹ ਜਿਹੜੇ ਭੈਂਗੇ ਬੰਨਦੇ ਨੇ ਪੰਜਾਬੀ ਫਿਲਮਾਂ 'ਚ ਉਹ ਲੰਗਰ ਮੰਗਣ ਡੇ ਆ ਮੈਂ ਕਿਹਾ ਘੁੱਗੀ ਇੱਕ ਦਿਨ ਸਾਨੂੰ ਵੀ ਫੁਲਕਾ ਦੇ ਦਿਆ ਕਰ ਸਾਰਾ ਲੰਗਰ ਵੰਡੀ ਜਾਣ ਡਿਆ ਭੈਂਗਿਆ ਜੇ ਆ ਮਾਰਾ ਤੇਰੀ ਧੌਣ ਦੇ ਦਾਲ ਵਾਲੀ ਕੜਛੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੈਨੂੰ ਮੈਂ ਦੇਣਾ ਕੀ ਹੈ ਵੇਖਣ ਤੂੰ ਫੁਲਕੇ ਲੱਦਿਆ ਮੰਗੀ ਚੂ ਦਾਲ ਜਾਣ ਡਿਆ ਕਿੱਦਾਂ ਆਉਂਦਿਆ ਅਤੇ ਹੋਰ ਕਿੱਦਾਂ ਆਉਂਦਿਆ
ਉਹ ਗਏ ਆ ਹੁਣ ਅਮਰੀਸ਼ਪੁਰੀ 'ਚ ਆ ਗਏ ਆ। ਅਰੇ ਟੀਟੇ ਬਈ ਕਿਆ ਕਰ ਰਹੇ ਹੋ, ਇੱਕ ਫੁਲਕਾ ਮੁਝੇ ਵੀ ਦਿਓ। ਹੁਣ ਟੀਟਾ ਅੱਗੋਂ, ਹੈਲੋ ਪਾਪਾ ਜੀ ਕਿੰਨਵੀਂ ਵਾਰੀ ਆਏ ਜੋ? ਇਹ ਪਹਿਲੀ ਵਾਰ ਆਇਆ ਹੂੰ। ਆਹ ਗੱਲਾਂ ਕਿ ਹੋਰ ਨਾ ਕਰਿਓ, ਨਾਲੇ ਉਹਦੇ ਨਾ ਕਰੋ ਜਿਹਨੇ ਕਦੇ ਲੰਗਰ ਨਹੀਂ ਖਾਧਾ। ਮੈਂ ਤਾਂ ਸਾਰੀ ਉਮਰ ਲੰਗਰ 'ਚ ਕੱਢੀ ਆ। ਤੁਸੀਂ ਮੇਰੇ ਸਾਹਮਣੇ ਕਿਤੇ 300 ਤਰ੍ਹਾਂ ਦੀ ਦਾਲ ਲਾ ਦਿਓ, ਮੈਂ ਤਾਂ ਦਾਲ ਦਾ ਮੂੰਹ ਵੇਖ ਕੇ ਦੱਸ ਦੇਣਾ ਕਿਹੜੇ ਗੁਰਦੁਆਰੇ ਆਈ ਹੈ। ਤੁਸੀਂ ਮੇਰੇ ਨਾਲ ਝੂਠ ਬੋਲੀ ਜਾਣਦੇ ਹੋ। ਅਜੇ ਰੇਵਗੰਜ ਆ ਗਈ ਫਿਰ ਸਾਈਡ 'ਤੇ, ਹੁਣ ਅਜੇ ਰੇਵਗੰਜ ਹੀ ਲਾਈਨ 'ਚ ਲੱਗੇ ਨੇ, ਲਾਈਨ ਤੋੜੀ ਜਾਣ ਦੇ ਨੇ। ਹੁਣ ਲਾਈਨ ਤੋੜੀ ਕਹਿੰਦਾ ਭਈਆ ਕਿੱਧਰ ਲਾਈਨ ਤੋੜੀ ਜਾਣ ਡਿਆ? ਝੂਠ ਝੂਠ ਬਰਦਾਸ਼ਤ ਨਹੀਂ ਆ ਮੁਝੇ, ਕੋਈ ਲੰਗਰ ਲੈਣ ਦੀ ਕੋਸ਼ਿਸ਼ ਨਹੀਂ ਕਰ ਰਹਾ ਹੂੰ ਮੈਂ। ਅਤੇ ਹੋਰ ਮਾਮਾ ਇੱਥੇ ਤੂੰ ਕੀ ATM 'ਚੋਂ ਪੈਸੇ ਕਢਾਉਣਾ ਆ? ਦੋ ਦਿਨ ਸੇ ਲੰਗਰ ਪੇ ਟਰਾਈ ਮਾਰ ਰਹਾ ਹੂੰ ਮੈਂ। ਮਾਮਾ ਤੂੰ ਲੰਗਰ 'ਤੇ ਟਰਾਈਆਂ ਮਾਰੀ ਜਾ, ਉੱਧਰ ਫਨਾ ਫਿਲਮ 'ਚ ਮੀਰ ਖਾਨ ਤੇਰੀ ਬੁੱਢੀ 'ਤੇ ਟਰਾਈਆਂ ਮਾਰੀ ਜਾਣ ਡਿਆ। ਲੇਕਿਨ ਉਸਮੇ ਤਾਂ ਉਸਨੇ ਅੰਤੀ ਕਾ ਰੋਲ ਕੀਆ ਹੈ। ਮਾਮਾ ਉਹ ਹੀ ਅੰਨੀ ਹੈਗੀ, ਮੀਰ ਖਾਨ ਥੋੜ੍ਹੀ ਅੰਨਾ ਹੈਗਾ ਵਾ। ਜਾ ਭਾਜਾ ਜਾ ਕੇ ਬਚਾ ਉਹਨੂੰ। ਉਹ ਗਏ ਆ, ਇੰਨੀ ਗੱਲ ਹੋਈ ਆ, ਸਾਈਡ ਤੋਂ ਨਰਿੰਦਰ ਚੰਚਲ ਜੀ ਆ ਗਏ ਆ। ਨਰਿੰਦਰ ਚੰਚਲ ਜੀ ਸਾਈਕਲ 'ਤੇ ਆਏ ਆ, ਸਾਈਡ 'ਤੇ ਆਇਆ ਸਾਈਕਲ, ਹੁਣ ਆਪਣੇ ਸਟਾਈਲ ਦੇ ਵਿੱਚ ਨਰਿੰਦਰ ਚੰਚਲ ਜੀ ਟੀਟੇ ਨੂੰ ਕਹਿਣ ਡਿਆ। ਹੋ ਟੀਟੇ ਕੋ ਲੰਗਰ ਬੜਾ ਬਾਤਾ, ਓ ਟੀਟੇ ਕੋ ਲੰਗਰ ਬੜਾ ਬਾਤਾ, ਔਰ ਯੇ ਕੁਛ ਨਹੀਂ ਖਾਤਾ। ਜੋ ਟੀਟਾ ਹੈ ਇਸੇ ਹਰ ਵਕਤ ਲੰਗਰ ਹੀ ਬਾਤਾ ਹੈ, ਜਬ ਵੀ ਜੇ ਲੰਗਰ ਲੈਣੇ ਜਾਤਾ ਹੈ ਉਨਕਾ ਡੂਨਾ ਵੀ ਵਾਪਸ ਲੈ ਆਤਾ ਹੈ। ਓ ਟੀਟੇ ਕੋ ਲੰਗਰ ਬੜਾ ਬਾਤਾ, ਦੂਜੇ ਬੰਦੇ ਕਹਿੰਦਾ ਹੈ ਕੀ ਕਰੀ ਜਾਣ ਡਿਆ ਵਾ। ਹੋ ਜੇ ਜੋ ਟੀਟਾ ਹੈ ਇਤਨਾ ਸ਼ੈਤਾਨ ਹੈ, ਸੁਬਹ ਕੋ ਦਾਲ ਫੁਲਕਾ ਖਾਤਾ ਹੈ ਔਰ ਸ਼ਾਮ ਕੋ ਸ਼ਬੀਲ ਪੀਨੇ ਜਾਤਾ ਹੈ। ਓਰੇ ਆ ਹਮੇ ਵੀ ਇੱਕ ਫੁਲਕਾ ਦੇ ਦੀਜੀਏ, ਫੁਲਕਾ ਦੇ ਬਾਅਦ 'ਚ ਦੇਵਾਂਗਾ, ਪਹਿਲਾਂ ਮੈਕ 'ਤੇ ਫੜਾ। ਟੀਟੇ ਨੇ ਮੈਕ ਫੜਿਆ, ਰਗੋ ਜਵਾਬ ਤਾਂ ਲੈ ਭਰਾ, ਗੱਲ ਕਰਕੇ ਜਾਣਾ ਕਿੱਥੇ? ਇਹ ਜੋ ਚੰਚਲ ਹੈ ਇੱਧਰ ਵੇਖੋ ਸਾਰੇ, ਇਹ ਜੋ ਚੰਚਲ ਹੈ ਇਹ ਜਗਰਾਤੇ 'ਤੇ ਜਾਂਦਾ ਹੈ, ਜਿੰਨੀ ਭੇਡ ਮੂੰਹ ਨਾ ਗਾਈ ਜਾਏ ਠੀਕ ਹੈ, ਬਾਕੀ ਹੱਥਾਂ ਨਾਲ ਗਾਉਂਦਾ ਹੈ। ਹੁਣ ਕਰ ਗੱਲ ਮੇਰੇ ਨਾਲ, ਹੈਂ? ਇੰਨੀ ਗੱਲ ਹੋਈ ਨਾਲ ਟੀਟੇ ਨੂੰ ਫੋਨ ਆ ਗਿਆ, ਹੈਲੋ ਕੀ ਅੱਧਾ ਘੰਟਾ ਰਹਿ ਗਿਆ ਹੈ, ਮੈਂ ਬਸ ਆ ਗਿਆ ਹੁਣੇ, ਸਮਾਨ ਲੈਣਾ ਸਭ ਕੁਝ ਲੈਣਾ। ਟੀਟੇ ਕਿੱਧਰ ਚੱਲੇ ਹੋ, ਇਹਦੇ 'ਚ ਲੰਗਰ ਕਿੰਨੇ ਵਰਤਾਉਣਾ? ਲੈ ਮੈਂ ਇੱਥੇ ਲੰਗਰ ਵਰਤਾਈ ਜਾਂ, ਨਾਲ ਦੇ ਪਿੰਡ ਭਾਵੇਂ ਜਿਹੜਾ ਲੰਗਰ ਵਰਤਾਉਣ ਡਿਆ ਉਹ ਭਾਵੇਂ ਮੁੱਕ ਵੀ ਜਾਵੇ, ਚੰਗਾ ਮੈਂ ਚੱਲਿਆ ਹੀ ਹੋ। ਥੈਂਕ ਯੂ ਦੋਸਤੋ।